ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗੁਰਗਿਆਨ ਸਮੁੰਦਰ ਸੀਰੀਜ਼ ਜੋ ਕਿ ਕਈ ਮਹੀਨੇ ਤੋਂ ਚੱਲ ਰਹੀ ਹੈ, ਉਸ ਵਿੱਚ ਭਾਈ ਰਾਮ ਸਿੰਘ ਜੀ ਸਾਡੇ ਕੋਲ ਰੋਜ਼ਾਨਾ ਤੋਂ ਆ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਨੇ ਅਤੇ ਉਦੇਸ਼ ਹੈ ਕਿ ਕਿਸ ਤਰੀਕੇ ਨਾਲ ਗੁਰਬਾਣੀ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ। ਗੁਰਬਾਣੀ ਤਾਂ ਅਸੀਂ ਬਹੁਤ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਪਰ ਕਿੰਨਾ ਕੁ ਅਸੀਂ ਉਸਨੂੰ ਲਾਗੂ ਕਰਦੇ ਹਾਂ? ਇਸੇ ਚੀਜ਼ 'ਤੇ ਫੋਕਸ ਕਰੀ ਜਾਂਦਾ ਇਸ ਪ੍ਰੋਗਰਾਮ ਦੇ ਵਿੱਚ, ਤਾਂ ਕਿ ਸਾਨੂੰ ਵਾਰ ਵਾਰ ਇਹ ਸਮਝ ਆਵੇ ਕਿ ਅਸੀਂ ਸਹੀ ਗਿਆਨ ਲੈ ਕੇ ਉਸ ਉੱਤੇ ਤੁਰਨਾ ਹੈ। ਏਕਾ ਮਾਈ ਜੁਗਤ ਮਾਫੀ ਚਾਹੁੰਦਾ ਏਕੋ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇਹ ਜੋ ਗੁਰੂ ਸਾਹਿਬ ਦਾ ਕੋਨਸੈਪਟ ਹੈਗਾ, ਇਸ ਬਾਰੇ ਅਸੀਂ ਪਿਛਲੇ ਹਫ਼ਤੇ ਤੱਕ ਪਹੁੰਚੇ ਸੀ। ਆਓ ਅੱਗੇ ਸਰਵਣ ਕਰਦੇ ਹਾਂ, ਇਸ ਤੋਂ ਅਸੀਂ ਕੀ ਸੇਧ ਲੈਣੀ ਹੈ ਅਤੇ ਕਿਸ ਤਰ੍ਹਾਂ ਇਸ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ। ਭਾਈ ਸਾਹਿਬ ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰੂ ਸਾਹਿਬ ਕੀ ਉਪਦੇਸ਼ ਕਰ ਰਹੇ ਨੇ, ਸਾਨੂੰ ਕੀ ਸਮਝਾ ਰਹੇ ਨੇ ਇਸ ਬਾਣੀ ਦੀ ਤੁਕ ਦੇ ਵਿੱਚ? ਹਾਂਜੀ ਵੀਰ ਜੀ, ਪਿਛਲੇ ਪਦੇ ਵਿੱਚ ਮਨ ਨੂੰ ਜੋਗੀ ਬਣਾਉਣ ਦੀਆਂ ਨਿਸ਼ਾਨੀਆਂ ਦਿੱਤੀਆਂ ਜੀ। ਜੋਗੀ ਦਾ ਸ਼ਬਦ ਵਰਤਿਆ ਗਿਆ, ਆਈਡੀਅਲ ਗੁਰਸਿੱਖ ਗੁਰਮੁਖ ਬਣਾਉਣ ਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਜੀ। ਫਿਰ ਆਪਾਂ ਡਿਸਕਸ ਕੀਤੀ ਕਿ ਲੈਕ ਆਫ ਨੌਲੇਜ ਕਰਕੇ, ਨੌਲੇਜ ਉਹ ਨਹੀਂ ਜਿਹੜੀ ਪੜ੍ਹ ਲਈ, ਨੌਲੇਜ ਉਹ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ 'ਚ ਜਿਉਂ ਕੇ, ਜ਼ਿੰਦਗੀ ਦੇ ਤਜਰਬਿਆਂ 'ਚ ਲਾਈਫ ਐਕਸਪੀਰੀਅੰਸ ਵਾਲਾ ਗਿਆਨ। ਠੀਕ। ਜਦੋਂ ਉਹ ਜ਼ਿੰਦਗੀ 'ਚ ਆਇਆ, ਫਿਰ ਪਤਾ ਲੱਗਿਆ ਕਿ ਜਿਸ ਵਾਹਿਗੁਰੂ ਨੂੰ ਸਮਰਪਿਤ ਹੋਣਾ ਜੀ, ਉਹ ਤਾਂ ਹਰ ਵੇਲੇ ਮੇਰੇ ਨਾਲ ਹੈ। ਐਸੇ ਕਮਾਲ ਦੇ ਕੌਤਕ ਹੁੰਦੇ ਪਏ ਨੇ। ਆਪਾਂ ਵਿਚਾਰੇ ਸੀ ਏਕਾ ਮਾਈ ਜੁਗਤ ਵਿਆਹੀ, ਇੱਕ ਵਾਹਿਗੁਰੂ ਜੀ ਦੀ ਜੋਤ, ਇੱਕ ਮਨ ਰੌਂਗ ਟੈਨਸ਼ਨ ਬਣ ਕੇ ਇਹ ਖੇਲ ਖੇਲ ਰਿਹਾ, ਉਹਦੇ ਵਿੱਚੋਂ ਤਿੰਨ ਚੇਲੇ ਪ੍ਰਵਾਨ ਕਿਹੜੇ? ਇੱਕ ਸੰਸਾਰੀ ਜਨਰੇਸ਼ਨ, ਭੰਡਾਰੀ ਔਰਗੇਨਾਈਜੇਸ਼ਨ, ਅਤੇ ਇੱਕ ਲਾਈਫ ਦੀ ਵਨ ਡਿਸਟਰੋਇਡ, ਠੀਕ, ਖਤਮ ਕਰਨਾ ਜੀ। ਕਦੀ ਚੰਗੇ ਵਿਚਾਰ ਵੀ ਪੈਦਾ ਹੋ ਸਕਦੇ ਨੇ ਅਤੇ ਚੰਗੇ ਵਿਚਾਰ ਵੀ ਸੰਭਾਲੇ ਜਾ ਸਕਦੇ ਨੇ ਅਤੇ ਚੰਗੇ ਵਿਚਾਰ ਖਤਮ ਵੀ ਹੋ ਸਕਦੇ ਨੇ ਜੀ। ਜਦੋਂ ਬੁਰੇ ਵਿਚਾਰ ਪੈਦਾ ਹੋ ਗਏ ਤਾਂ ਚੰਗੇ ਵਿਚਾਰ ਖਤਮ ਹੋ ਗਏ, ਬੁਰਿਆਂ ਨੂੰ ਸੰਭਾਲ ਲਿਆ। ਐਸਾ ਇੱਕ ਖੇਲ ਚੱਲ ਰਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੀ। ਉਸ ਖੇਲ ਵਿੱਚੋਂ ਸਮਝਣਾ ਕੀ ਹੈ? ਪਹਿਲਾਂ ਤਾਂ ਆਪਣੇ ਅੰਦਰ ਸਮਝਣਾ। ਮਾਂ ਦੀ ਗੋਦੀ 'ਚ ਦੁੱਧ ਚੁੰਘਦਾ ਬੱਚਾ 100% ਪਵਿੱਤਰ ਹੁੰਦਾ ਹੈ ਜੀ। ਜਦੋਂ ਮਾਂ ਦੀ ਗੋਦੀ 'ਚ ਦੁੱਧ ਚੁੰਘ ਰਿਹਾ, ਉਹਦੇ ਅੰਦਰ 0% ਵੀ ਨਫ਼ਰਤ ਨਹੀਂ, ਉਹਦੇ ਅੰਦਰ ਲੋਭ ਲਾਲਚ ਨਹੀਂ, ਇਹ ਬਾਅਦ ਦੇ ਵਿੱਚ ਉਹਦੇ ਅੰਦਰ ਇੰਸਟਾਲ ਹੁੰਦਾ ਹੈ। ਠੀਕ। ਜਿਉਂ ਜਿਉਂ ਇੰਸਟਾਲ ਹੁੰਦਾ ਹੈ ਤਾਂ ਉਸੇ ਵੇਲੇ ਉਹਦਾ ਮਨ ਖਿੱਚਿਆ ਜਾਂਦਾ ਹੈ। ਉਹ ਮਨ ਜਿਹੜਾ ਮਨ ਤੋਂ ਜੋਤ ਸਰੂਪ ਹੈ, ਏਕਾ ਰੂਪ ਸੀ, ਉਹਦੇ ਵਿੱਚੋਂ ਨਿਕਲਿਆ ਹੋਇਆ ਸੀ, ਉਹ ਮਾਈ ਜੁਗਤ ਵਿਆਹੀ ਹੋ ਗਿਆ, ਉਹਦੇ ਵਿੱਚੋਂ ਕਿਵੇਂ ਉਹ ਤਰੀਕੇ ਨਾਲ ਨਿਕਲਣੇ ਸ਼ੁਰੂ ਹੋ ਗਏ, ਉਹਦੇ ਅੰਦਰ ਵੀ ਉਹ ਚੀਜ਼ਾਂ ਪੈਦਾ ਜਨਰੇਟ ਹੋ ਗਈਆਂ ਜੀ। ਫਿਰ ਉਹਨੂੰ ਸਵਾਦ ਆਉਣਾ ਸ਼ੁਰੂ ਹੋ ਗਿਆ, ਉਹਨੇ ਉਹ ਵਿਚਾਰ ਸੰਭਾਲਣੇ ਰੱਖ ਲਏ, ਫਿਰ ਉਹ ਜਿਹੜੀਆਂ ਚੰਗੀਆਂ ਵਿਚਾਰਾਂ ਸੀ ਡਿਸਟਰੋਏ ਹੋਣ ਲੱਗ ਗਈਆਂ ਜਵਾਨੀ 'ਚ ਪਹੁੰਚ ਕੇ ਜੀ। ਤਾਂ ਜੇ ਉਹ ਹੋ ਸਕਦਾ ਤਾਂ ਪੋਜ਼ਿਟਿਵ ਪੱਖ ਵੀ ਹੋ ਸਕਦਾ। ਰਾਈਟ। ਜੇ ਮਾਂ ਸਮਝਾਉਂਦੀ ਗਈ, ਚੰਗੇ ਵਿਚਾਰ ਅੰਦਰ ਰੱਖਦੀ ਗਈ, ਉਸ ਤਰ੍ਹਾਂ ਦਾ ਘਰ ਦਾ ਕਲਚਰ ਬਣਾ ਲਿਆ, ਚੰਗੇ ਵਿਚਾਰ ਸੰਭਾਲੇ ਗਏ, ਤਾਂ ਬੁਰੇ ਵਿਚਾਰ ਖਤਮ ਹੋ ਗਏ। ਰਾਈਟ। ਤਾਂ ਜਦੋਂ ਇਹ ਚੀਜ਼ ਦੇਖੀ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਤਾਂ ਪਤਾ ਲੱਗਿਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਨੂੰ ਜਿਵ ਅਤੇ ਸੁਭਾਵ ਹੈ ਅਤੇ ਵਹਿ ਚਲਾਵੇ, ਜਿਵੇਂ ਉਹਨੂੰ ਪਾਉਂਦਾ ਹੈ ਉਵੇਂ ਉਹ ਚਲਾ ਰਹੇ ਨੇ, ਜਿਵ ਹੋਵੇ ਫਰਮਾਨ, ਜਿਵੇਂ ਉਹਦਾ ਹੁਕਮ ਹੁੰਦਾ ਹੈ। ਇਸ ਵਿੱਚ ਕਮਾਲ ਦੀ ਚੀਜ਼ ਇਹ ਹੈ, ਜਿਹੜੀ ਲੈਕ ਆਫ ਨੌਲੇਜ ਹੋਣ ਕਰਕੇ ਮਹਿਸੂਸ ਨਹੀਂ ਹੋ ਰਹੀ, ਉਹ ਹੈ ਉਹ ਵੇਖੈ ਉਹਨਾਂ ਨਾਦਰ ਨਾ ਹੋਵੇ। ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰ ਬੈਠੇ ਹੋਏ ਵੇਖ ਰਹੇ ਨੇ, ਸੁਣ ਰਹੇ ਨੇ ਜੀ। ਆਪਣਾ ਸਿੱਖ ਹੋਣ ਦੇ ਨਾਂ 'ਤੇ ਵਿਸ਼ਵਾਸ ਹੈ, ਗੁਰੂ ਸਾਹਿਬ ਹਰ ਵੇਲੇ ਮੈਨੂੰ ਦੇਖਦੇ ਨੇ। ਸਿਆਣੇ ਮਾਪੇ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਂਦੇ ਨੇ, ਪੁੱਤਰ ਅਸੀਂ ਜੋ ਵੀ ਚੰਗੇ ਜਾਂ ਬੁਰੇ ਕੰਮ ਕਰਦੇ ਹਾਂ, ਗੁਰੂ ਸਾਹਿਬ ਸਾਨੂੰ ਦੇਖਦੇ ਨੇ ਜੀ। ਇਹਦੇ ਨਾਲ ਇੱਕ ਚੇਤਨਾ ਜਾਗੇਗੀ, ਇੱਕ ਫਰਜ਼ਾਂ ਦੀ ਪਹਿਚਾਣ ਆਏਗੀ। ਜਦੋਂ ਅਸੀਂ ਗੁਰੂ ਘਰ ਮੱਥਾ ਟੇਕਣ ਜਾਂਦੇ ਹਾਂ ਤਾਂ ਉੱਥੇ ਜੇ ਸਾਡਾ ਵਿਸ਼ਵਾਸ ਹੈ ਤਾਂ ਸਾਨੂੰ ਪਤਾ ਲੱਗਦਾ ਕਿ 10 ਗੁਰੂ ਸਾਹਿਬਾਨਾਂ ਦੀ ਜੋਤ ਵੀ ਹੈ ਅਤੇ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ ਪ੍ਰਗਟ ਗੁਰਾਂ ਕੀ ਦੇਹ, ਤਾਂ ਉੱਥੇ ਗੁਰੂ ਸਾਹਿਬ ਸਾਨੂੰ ਦੇਖ ਰਹੇ ਨੇ। ਜਦੋਂ ਅਸੀਂ ਵਾਪਸ ਆ ਰਹੇ ਹਾਂ ਤਾਂ ਗੁਰੂ ਸਾਹਿਬ ਦੇਖ ਰਹੇ ਨੇ। ਜੇ ਦੇਖ ਰਹੇ ਨੇ ਫਿਰ ਸਾਡੇ ਗੁਰੂ ਸਾਹਿਬ ਦਾ ਘਰ ਕਿਹੜਾ ਹੈ? ਗੁਰੂ ਸਾਹਿਬ ਦਾ ਪਰਿਵਾਰ ਕਿਹੜਾ ਹੈ? ਸਮੁੱਚਾ ਪੰਥ ਗੁਰੂ ਸਾਹਿਬ ਦਾ ਪਰਿਵਾਰ ਹੈ, ਅਤੇ ਕੀ ਉਹਦੇ ਪ੍ਰਤੀ ਸਾਡੇ ਫਰਜ਼ ਕੋਈ ਨਹੀਂ? ਜਦੋਂ ਇਹ ਅਹਿਸਾਸ ਹੋ ਗਿਆ ਨਾ, ਉਹ ਵੇਖਿਆ ਹੈ, ਉਹਨਾਂ ਨਜ਼ਰ ਨਾ ਆਵੇ, ਸਾਨੂੰ ਨਜ਼ਰ ਨਹੀਂ ਆ ਰਿਹਾ, ਵੇਖ ਰਹੇ ਨੇ, ਅਤੇ ਫਿਰ ਆ ਸਾਰਾ ਸਮਾਜ
ਸੁਸਾਇਟੀ ਰੱਬ ਦਾ ਘਰ ਹੈ, ਇਹਦੇ ਲਈ ਕੁਛ ਕਰਨਾ। ਇਹਦਾ ਮਤਲਬ ਪਿੱਛੇ ਸੀ ਸਾਡੇ ਮਨ ਨੂੰ ਗੁਰਮਤ ਦੀ ਵੇ ਆਫ ਥਿੰਕਿੰਗ ਵਾਲੇ ਦਰ ਵਿੱਚੋਂ ਦੀ ਕੱਢ ਕੇ ਗੁਰਸਿੱਖੀ ਦੀ ਅਨੁਭਵਤਾ, ਗੁਰਮੁਖ ਸੁਭਾਅ ਦੀ ਅਨੁਭਵਤਾ ਵਾਲੇ ਘਰ ਵਿੱਚ ਪਹੁੰਚਾ ਕੇ ਇੱਥੇ ਇਸ ਮਨ ਨੂੰ ਮੈਨੇਜ ਕਰਵਾ ਕੇ ਦੁਨੀਆ ਦੇ ਲਈ ਕੁਛ ਕਰਨ ਤੋਂ ਰਿਹਾ ਸੀ। ਠੀਕ। ਸਿੱਖ ਇਸ ਲਈ ਸਾਜਿਆ ਜਾਂਦਾ ਹੈ ਕਿ ਇਹ ਦੁਨੀਆ ਲਈ ਵੀ ਕੁਛ ਕਰੇਗਾ, ਆਪਣੇ ਲਈ ਵੀ ਕੁਛ ਕਰੇਗਾ। ਆਪਣੇ ਲਈ ਤਾਂ ਫਿਰ ਚਿੜੀਆਂ ਵੀ ਕਰਦੇ, ਹਰ ਇੱਕ ਕੋਈ ਕਰਦਾ ਵੀ ਕਰਦੇ ਨੇ, ਅਤੇ ਉਹ ਫਿਰ ਸਮਰਪਿਤ ਹੋ ਜਾਂਦਾ ਹੈ ਉਸ ਸੁਪਰੀਮ ਪਾਵਰ ਨੂੰ, ਆਲਮਾਈਟੀ ਗੋਡ ਵਾਹਿਗੁਰੂ ਜੀ ਨੂੰ। ਆਦੇਸ਼ ਤੇ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇ। ਇਹ ਵਾਰ ਵਾਰ ਰਿਪੀਟ ਕੀਤਾ ਗਿਆ, ਜਿਸ ਦਾ ਕੋਈ ਰੰਗ ਨਹੀਂ, ਜੋ ਕਦੀ ਖਤਮ ਨਹੀਂ ਹੋ ਸਕਦੇ, ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਉਸ ਸ਼ਕਤੀ ਨੂੰ ਗੁਰਸਿੱਖ ਹਰ ਵੇਲੇ ਸਮਰਪਿਤ ਹੋ ਕੇ ਜਿਉਂਦਾ। ਸਮਰਪਿਤ ਹੋਣਾ ਕੀ ਹੈ? ਬੋਰਡ ਲੱਗੇ ਹੋਏ ਨੇ, ਸਾਈਨ ਬੋਰਡਸ ਸੜਕਾਂ ਦੇ ਉੱਪਰ, ਰੂਲਸ ਨੇ। ਇੱਕ ਗੁੱਡ ਡਰਾਈਵਰ ਉਹਨੂੰ ਸਰੈਂਡਰ ਹੈ, ਸਰੈਂਡਰ ਭਾਵ ਉਹਨੂੰ ਫੋਲੋ ਕਰਨਾ। ਰੱਬ ਦੇ ਨਿਯਮ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਤੇ ਗੁਰਮੁਖ ਸੁਭਾਅ ਉਸਨੂੰ ਫੋਲੋ ਕਰਦਾ। ਠੀਕ ਹੈ ਜੀ। ਤਾਂ ਫਿਰ ਇੱਕ ਅੰਦਰ ਰਿਲਾਈਜ਼ ਹੁੰਦਾ ਹੈ। ਉਹਦੇ ਵਾਸਤੇ ਮਨ ਨੂੰ ਸਪੋਰਟ ਕਿੱਥੋਂ ਮਿਲੇ? ਗਿਆਨ ਤਾਂ ਮਿਲ ਲਿਆ, ਠੀਕ ਹੈ, ਉਸ ਪਾਸੇ ਤੁਰਨਾ ਵੀ ਚਾਹੁੰਦਾ। ਇੱਕ ਤਾਂ ਬਾਹਰੋਂ ਸਪੋਰਟ ਹੋ ਗਈ, ਸੋਰਸਿਸ ਹੋ ਗਏ, ਉਹਦਾ ਜਵਾਬ ਪਿੱਛੇ ਦੇ ਦਿੱਤਾ। ਹੁਣ ਅੰਦਰੋਂ ਮੋਟੀਵੇਸ਼ਨਲ ਵੇਵ ਕਿੱਥੋਂ ਮਿਲੇ? ਉਹਦੇ ਲਈ ਆਸਣ ਲੋਏ ਲੋਏ ਭੰਡਾਰ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਹਰ ਤਰ੍ਹਾਂ ਦੀ ਜੋ ਜ਼ਰੂਰਤ ਹੈ ਉਹ ਸਾਰੀ ਵੱਖ ਵੱਖ ਥਾਵਾਂ 'ਤੇ ਸ਼ਕਤੀਆਂ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ ਅਤੇ ਬਖਸ਼ਾਂ ਦੇ ਰੂਪ ਵਿੱਚ ਰੱਖੀ ਹੋਈ ਹੈ, ਅਤੇ ਰੱਖੀ ਵੀ ਐਸੀ ਕਮਾਲ ਦੀ ਹੈ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਪਾ ਦਿੱਤੀ, ਸੋਰਸ ਮੁੱਕ ਹੀ ਨਹੀਂ ਰਹੇ ਹੋ। ਅੰਦਰ ਗੁਣ ਰੱਖ ਦਿੱਤੇ, ਕੋਈ ਇਹਨਾਂ ਗੁਣਾਂ ਨੂੰ ਵਰਤਣਾ ਤਾਂ ਸਿੱਖੇ, ਅੰਦਰੋਂ ਕਦੀ ਮੁੱਕਣਗੇ ਨਹੀਂ, ਇੱਕੋ ਵਾਰੀ ਪਾ ਦਿੱਤੇ। ਕੋਈ ਚਾਹੇ ਤਾਂ ਸਹੀ, ਅੰਦਰ ਇੱਛਾ ਤਾਂ ਬਣਾਵੇ ਮੈਂ ਨਿਮਰਤਾ ਵਿੱਚ ਜਿਉਣਾ, ਇੱਛਾ ਤਾਂ ਬਣਾਵੇ ਮੈਂ ਸੇਵਾ ਭਾਵਨਾ ਪਰਉਪਕਾਰ ਲਈ ਜਿਉਣਾ, ਇਹ ਅੰਦਰ ਗੁਣ ਰੱਖੇ ਹੋਏ ਨੇ, ਇੱਕੋ ਵਾਰੀ ਪਾ ਦਿੱਤੇ ਨੇ, ਮੁੱਕਣੇ ਨਹੀਂ, ਜੋ ਕੁਛ ਪਾਇਆ ਸੋ ਏਕਾ ਵਾਰ। ਬਾਹਰ ਵੀ ਰੱਖੇ ਹੋਏ ਨੇ, ਅੰਦਰ ਵੀ ਰੱਖੇ ਹੋਏ ਨੇ, ਹਰ ਤਰ੍ਹਾਂ ਦੀ ਉਹਨੇ ਸਪੋਰਟ, ਹਰ ਤਰ੍ਹਾਂ ਦੀ ਸ਼ਕਤੀ, ਜਿਸ ਰਸਤੇ 'ਤੇ ਕੋਈ ਤੁਰਦਾ ਉਹਨੂੰ ਉਸ ਤਰ੍ਹਾਂ ਦੇ ਮਿਲ ਜਾਂਦੇ। ਗਲਤ ਰਸਤੇ 'ਤੇ ਤੁਰਨ ਵਾਲੇ ਨੂੰ ਵੀ ਸੋਰਸ ਚਾਹੀਦੇ ਨੇ, ਉਹਨੂੰ ਉਹ ਵੀ ਮਿਲੀ ਜਾਂਦੇ ਨੇ। ਇਹਨੂੰ ਇੱਦਾਂ ਕਹਿ ਲਵੋ ਜਿਵੇਂ ਸਮੁੰਦਰ ਹੈ, ਸਮੁੰਦਰ ਵਿੱਚ ਪਾਣੀ ਹੈ, ਉਹ 'ਚ ਡੱਡੀਆਂ ਵੀ ਹੈ, ਡੱਡੀਆਂ ਮੁੱਕਦੀਆਂ ਹੀ ਨਹੀਂ ਇੰਨੀਆਂ ਰੱਖੀਆਂ ਹੋਈਆਂ, ਉਹ 'ਚ ਮੋਤੀ ਵੀ ਹੈ, ਉਹ ਵੀ ਮੁੱਕਦੇ ਨਹੀਂ। ਹੁਣ ਹੰਸ ਬਣ ਕੇ ਜਾਂਦਾ ਇੱਕ ਜੀਵ, ਇੱਕ ਬਗਲਾ ਬਣ ਕੇ ਜਾਂਦਾ, ਦੋਨੋਂ ਉਸ ਨੂੰ ਮਿਲਦੇ ਨੇ। ਇਹ ਸੰਸਾਰ ਉਹਦਾ ਸਮੁੰਦਰ ਹੈ, ਉਹਦੇ 'ਚ ਉਹਨੇ ਹਰ ਕੁਛ ਰੱਖਿਆ ਹੋਇਆ। ਅਸੀਂ ਹੰਸ ਵਰਗੇ ਗੁਰਮੁਖ ਬਣਾਂਗੇ ਤਾਂ ਚੰਗੇ ਗੁਣਾਂ ਦੀ, ਚੰਗੇ ਕਰਮਾਂ ਦੀ, ਚੰਗੇ ਨਿਸ਼ਾਨੇ, ਸ਼ੁੱਧ ਨੀਅਤ, ਉਹਦੀ ਖੁਰਾਕ ਮਿਲਦੀ ਹੈ, ਮੋਤੀ ਮਿਲਣਗੇ। ਅਗਰ ਬੁਰੀ ਸੋਚ ਵਾਲਾ, ਵਿਕਾਰਾਂ ਵਾਲਾ ਹੈ ਤਾਂ ਉਹ ਜੇ ਕਰਮ, ਉਹ ਜੇ ਉਹ ਡੱਡੀਆਂ ਵਾਲੀ ਖੁਰਾਕ ਮਿਲੇਗੀ। ਕਰ ਕਰ ਵੇਖੈ ਸਿਰਜਣ ਹਾਰ, ਵਾਹਿਗੁਰੂ ਜੀ ਨੇ ਇਹ ਸਾਰੀ ਸ੍ਰਿਸ਼ਟੀ, ਇਹ ਸਾਰਾ ਸਿਸਟਮ ਪਿੱਛੇ ਬੇਅੰਤ ਕਿਹਾ ਸੀ, ਸਿਰਜਿਆ ਹੋਇਆ, ਉਸਨੂੰ ਦੇਖ ਰਿਹਾ, ਸੰਭਾਲ ਕਰ ਰਿਹਾ। ਸੰਭਾਲ ਦਾ ਕੰਸੈਪਟ ਆਪਾਂ ਟੂਕ ਮਾਤਰ ਅਸੰਖ ਜਪ ਅਤੇ ਅਸੰਖ ਮੂਰਖ ਵਾਲੀਆਂ ਪੌੜੀਆਂ 'ਚ ਵਿਚਾਰਿਆ ਸੀ। ਗਲਤ ਸੋਚ ਵਾਲੇ ਨੂੰ ਗਲਤ ਰਸਤੇ 'ਤੇ ਸੰਭਾਲ ਦਿੱਤਾ ਹੈ, ਜਾ ਤੁਰ, ਤੂੰ ਇੰਨੋ ਕੁ ਜੋਗਾ, ਇੱਥੋਂ ਕੁ ਜੋਗਾ। ਨਿੰਦਕ ਨੂੰ ਨਿੰਦਾ ਵਾਲੇ ਪਾਸੇ ਸੰਭਾਲ ਕੇ ਰੱਖਤਾ, ਤੂੰ ਐਡੇ ਕੁ ਜੋਗਾ, ਤੂੰ ਇੱਧਰ ਤੁਰ। ਪਰਉਪਕਾਰ ਵਾਲੇ ਨੂੰ ਪਰਉਪਕਾਰ ਵਾਲੇ ਪਾਸੇ ਸੰਭਾਲ ਕੇ ਰੱਖ ਦਿੱਤਾ, ਉਹ ਸਾਰਿਆਂ ਦੀ ਸੰਭਾਲ ਕਰ ਰਿਹਾ। ਨਾਨਕ ਸੱਚੇ ਕੀ ਸਾਚੀ ਕਾਰ, ਉਹਦੇ ਹਰ ਕਾਰ ਸੱਚੀ ਹੈ ਜੀ। ਬਾਕਮਾਲ ਚਲਾਇਆ ਜਾ ਰਿਹਾ ਸਿਸਟਮ ਨੂੰ, ਕਿਸ ਤਰੀਕੇ ਨਾਲ ਸਾਰੇ ਸਮਾਜ ਨੂੰ, ਸਾਰੇ ਸੰਸਾਰ ਨੂੰ, ਯੂਨੀਵਰਸ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਚਲਾ ਰਹੇ ਨੇ। ਜੇ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੁੰਦੇ, ਕਿੱਦਾਂ ਸਾਡੇ ਮਨ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਮੈਨੇਜ ਕਰਵਾ ਦਿੰਦੇ ਨੇ, ਆਪੇ ਉਹ ਸੇਵਾਵਾਂ ਦੇ ਰਾਹ ਖੋਲ੍ਹ ਦਿੰਦੇ ਨੇ। ਇਸ ਲਈ ਸਭ ਤੋਂ ਜ਼ਰੂਰੀ ਹੈ ਵਾਹਿਗੁਰੂ ਜੀ ਨੂੰ ਸਰੈਂਡਰ ਹੋ ਜਾਣਾ। ਆਦੇਸ਼ ਤੇ ਸਹਿ ਆਦੇਸ਼, ਇੱਥੇ ਨਮਸਕਾਰ ਕਰਨਾ ਅਖਰੀ ਅਰਥ ਬਣਦੇ ਨੇ, ਪਰ ਉਂਝ ਸਰੈਂਡਰ ਹੋ ਜਾਣਾ ਜੀ, ਉਹਦੇ ਪਿਆਰ ਵਿੱਚ, ਉਹਦੇ ਭੈ ਵਿੱਚ ਜਿਉਣਾ। ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇੱਕ ਹੋਵੇ, ਇਹ ਚਾਰ ਵਾਰੀ ਰਿਪੀਟ ਕੀਤਾ ਗਿਆ ਚਾਰੇ ਪਦਿਆਂ ਵਿੱਚ। ਉਹਦਾ ਰੰਗ ਕੋਈ ਨਹੀਂ, ਉਹ ਕਦੀ ਨਾਸ਼ ਨਹੀਂ ਹੋ ਸਕਦੇ, ਉਹਦਾ ਮੁੱਢ ਕੋਈ ਨਹੀਂ। ਆਦ ਅਨੀਲ ਅਨਾਦ ਅਨ ਆਦ, ਮੁੱਢ ਤੋਂ ਰਹਿਤ, ਜੁਗ ਜੁਗ ਇੱਕੋ ਵੇਸ, ਉਹ ਸਦਾ ਹੀ, ਉਹਦੀ ਸ਼ਕਤੀ ਗੁਣ ਬਖਸ਼ਿਸ਼ ਇੱਕੋ ਹੀ ਰੂਪ ਹੈ, ਉਸੇ ਰੂਪ ਵਿੱਚ ਨਿਮਰਤਾ ਦਾ ਰੂਪ ਕਦੀ ਨਹੀਂ ਬਦਲਿਆ। ਬਿਲਕੁਲ,
ਇਹ ਗੁਣ ਜਿਹੜੇ ਹੈਗੇ ਨੇ ਉਹਨਾਂ ਦਾ ਉਸ ਤਰ੍ਹਾਂ ਹੀ ਉਹਦੀ ਜਿਹੜੀ ਰੂਪ ਹੈਗਾ ਕਦੀ ਨਹੀਂ ਬਦਲਿਆ। ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਅਗਲੇ ਪਦਾਂ 'ਚ ਕੀ ਕਿਹਾ ਜਾ ਰਿਹਾ ਇਸ ਬਾਰੇ ਗੱਲਬਾਤ ਕਰਦੇ ਹਾਂ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ, ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਉਹਨਾਂ ਦੀ ਵੈਬਸਾਈਟ anelegantouch.ca ਤੇ ਜਾਓ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਗੁਰਗਿਆਨ ਸਮੁੰਦਰ ਸੀਰੀਜ਼ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਆਖਣਾ। ਗੱਲਬਾਤ ਚੱਲ ਰਹੀ ਹੈ ਕਿਸ ਤਰੀਕੇ ਨਾਲ ਅਸੀਂ ਜੀਵਨ ਦਾ ਆਧਾਰ ਜਿਹੜਾ ਹੈਗਾ ਉਸ ਦੇ ਵਿੱਚ ਇਹ ਗੁਣ ਜਿਹੜੇ ਨੇ ਇਹਨਾਂ ਨੂੰ ਇਕੱਤਰ ਕਰੀਏ, ਆਪਣੀ ਸੋਚ ਨੂੰ ਉੱਚਾ ਚੁੱਕੀਏ, ਕਿਉਂਕਿ ਗੁਰੂ ਸਾਹਿਬ ਬਾਰ ਬਾਰ ਸਾਨੂੰ ਐਗਜ਼ਾਮਪਲਸ ਦੇ ਕੇ ਇਹ ਗੱਲਬਾਤ ਕਰ ਰਹੇ ਨੇ। ਆਓ ਇਸ ਸਫ਼ਰ ਵਿੱਚ ਜੁੜਦੇ ਹਾਂ ਅਤੇ ਹੋਰ ਗੱਲਬਾਤ ਕਰਕੇ ਜਾਣਕਾਰੀ ਲੈਂਦੇ ਹਾਂ ਭਾਈ ਰਾਮ ਸਿੰਘ ਜੀ ਤੋਂ। ਜੀ ਭਾਈ ਸਾਹਿਬ ਜੀ। ਹਾਂਜੀ ਵੀਡੀਓ, 31 ਪਦਾਂ ਦੀ ਵਿਚਾਰ ਆਪਾਂ ਕੀਤੀ ਸੀ, ਜਿਸ ਵਿੱਚ ਸੀਗਾ ਕਿ ਅੰਦਰੋਂ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਅਨੁਸਾਰ ਆਪਣੀ ਸੋਚ ਸੁਭਾਅ ਨੂੰ ਬਣਾਉਣਾ ਹੈ। ਠੀਕ, ਇੱਕੋ ਹੀ ਸ਼ਬਦ ਸਮੇਟਣਾ ਹੋਵੇ ਤਾਂ ਕਿਹਾ ਜਾ ਸਕਦਾ ਅੰਦਰੋਂ ਗੁਰਮੁਖ ਬਣਨਾ। ਰਾਈਟ, ਬਾਹਰੋਂ ਦਿਸ ਰਿਹਾ ਨਹੀਂ ਦਿਸ ਰਿਹਾ ਇਹ ਵੱਖਰੀ ਗੱਲ ਹੈ। ਠੀਕ, ਅੰਦਰੋਂ ਗੁਰਮੁਖ ਬਣਨਾ। ਹੁਣ ਉਹ ਜਿਹੜਾ ਅੰਦਰੋਂ ਧਰਮ ਨਿਭਾਉਣਾ, ਬਾਹਰੋਂ ਧਰਮ ਦੇ ਕਰਮ ਕੀਤੇ ਜਾਂਦੇ ਲੱਗਦਾ ਧਰਮੀ ਹੈ ਜੀ। ਠੀਕ ਹੈ, ਪਰ ਕਈ ਵਾਰੀ ਐਸਾ ਵੀ ਵਾਪਰ ਸਕਦਾ ਕਿ ਦੁਨੀਆ ਕਹਿੰਦੀ ਬਾ ਕਮਾਲ ਦਾ ਧਰਮੀ ਹੈ, ਉਹਦਾ ਬੇਟਾ ਕਹਿੰਦਾ ਮੈਨੂੰ ਪੁੱਛੋ, ਪਤਨੀ ਕਹਿੰਦੀ ਮੈਨੂੰ ਪੁੱਛੋ। ਠੀਕ ਹੈ, ਇਹਦਾ ਮਤਲਬ ਅੰਦਰੋਂ ਕੁਛ ਉਹ ਚੀਜ਼ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ। ਰਾਈਟ, ਉਹ ਜਿਹੜਾ ਅੰਦਰ ਧਰਮ ਆਉਣਾ ਉਹਦੇ ਵਾਸਤੇ 32ਵਾਂ ਪਦਾ ਬਾ ਕਮਾਲ ਹੈ। 32ਵੇਂ ਪਦੇ ਦਾ ਕੰਸੈਪਟ ਸਮਝਣ ਵਾਸਤੇ ਜੀ ਪਹਿਲਾਂ ਅਖੀਰਲੀ ਪੰਕਤੀ ਸਮਝੀਏ। ਹਾਂਜੀ, ਆਖਰੀ ਪੰਕਤੀ ਜਿਹੜੀ ਹੈ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਗੁਰੂ ਸਾਹਿਬ ਦਾ ਇੱਕ ਤਰੀਕਾ ਹੈ ਆਪਣੇ ਆਪ ਨੂੰ ਮੁਖਾਤਿਬ ਹੋਣਾ। ਨਾਨਕ ਆਪਣੇ ਆਪ ਨੂੰ ਕਿਹਾ, ਅੱਗੋਂ ਦੋ ਚੀਜ਼ਾਂ ਦੇ ਦਿੱਤੀਆਂ ਜੀ। ਇੱਕ ਤਾਂ ਹੈ ਨਦਰੀ ਪਾਈ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਅਨੁਸਾਰ ਉਸ ਧਰਮੀ ਜੀਵਨ ਮਿਲ ਗਿਆ ਜੀ। ਇੱਕ ਹੈਗਾ ਕੂੜੀ ਕੂੜਾ ਠੀਸ, ਉਂਝ ਜੀ ਇੱਕ ਵਧਾ ਚੜ੍ਹਾ ਕੇ ਕਹੀ ਹੋਈ ਗੱਲ, ਜਾਣੀ ਐਵੇਂ ਕਹਿ ਦਿੱਤਾ ਕਿ ਧਰਮੀ ਹੈ ਪਰ ਐਕਚੁਲੀ ਧਰਮੀ ਨਹੀਂ ਹੈ। ਨਹੀਂ ਹੈ, ਤਾਂ ਉਹਦੇ ਲਈ ਇੱਕ ਤਰੀਕਾ ਤਾਂ ਇਹ ਸੀ ਕਿ ਲੋਕ ਤਕਰੀਬਨ ਗੁਰੂ ਸਾਹਿਬ ਦੇ ਚਾਰ ਸਪੇਰੇ ਜਿਹੜਾ ਧਰਮ ਸੀਗਾ ਉਹ ਜਦੋਂ ਕੋਈ ਵਿਅਕਤੀ ਧਾਰਮਿਕ ਗ੍ਰੰਥਾਂ ਦਾ ਪਾਠ ਕਰਦਾ ਜੀ ਜਾਂ ਫਿਰ ਰੱਬ ਦੇ ਨਾਮ ਨੂੰ ਕਿਸੇ ਵੀ ਰੂਪ ਵਿੱਚ ਵਾਰ ਵਾਰ ਰਟਨ ਕਰਦਾ ਤਾਂ ਉਹਦੀ ਗਿਣਤੀ ਨੂੰ ਲੈ ਕੇ ਉਹ ਧਰਮੀ ਮੰਨਦੇ ਸਨ। ਗਿਣਤੀ ਨੂੰ ਲੈ ਕੇ ਧਰਮੀ ਬਣਦੇ ਸਨ। ਅਗਰ ਉਹ ਗਿਣਤੀ ਨੂੰ ਲੈ ਕੇ ਕਰਦੇ ਸਨ ਤਾਂ ਇੱਕ ਦੋ ਜੀਭੋਂ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਉਂਝ ਨਹੀਂ ਹੁੰਦੀਆਂ, ਪਰ ਜੇ ਕੋਈ ਮੰਨ ਲਵੇ ਇੱਕ ਤੋਂ ਦੋ ਜੀਭਾਂ ਹੋ ਜਾਣ, ਦੋ ਤੋਂ ਲੱਖ ਹੋ ਜਾਣ ਅਤੇ 20 ਲੱਖ ਜੀਭਾਂ ਹੋ ਜਾਣ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਅਤੇ ਲੱਖਾਂ ਵਾਰੀ ਉਹ ਗਿਣਤੀ ਕੀਤੀ ਜਾਵੇ ਜੀ, ਸਾਰੀਆਂ ਜੀਭਾਂ ਇਕੱਠੀਆਂ ਬੋਲਣ, ਕੀ ਉਸ ਦੇ ਨਾਲ ਉਹ ਅੰਦਰੋਂ ਧਰਮੀ ਹੋ ਗਿਆ? ਇਹਦਾ ਕੋਈ ਸੰਬੰਧ ਨਹੀਂ। ਪਰ ਇੱਥੇ ਫਿਰ ਉਹੀ ਗੱਲ ਆ ਗਈ ਕਿ ਅੱਜ ਸਾਡੇ ਵਿੱਚ ਵੀ ਇਹ ਚੀਜ਼ ਬੜੀ ਪ੍ਰਚਲਿਤ ਹੋ ਰਹੀ ਹੈ। 101 ਵਾਰੀ ਇਹ ਪਾਠ ਕਰੋ ਤੁਸੀਂ, 21 ਵਾਰੀ ਸੁਖਮਨੀ ਸਾਹਿਬ ਦਾ ਕਰੋ, 50 ਵਾਰੀ ਕਰੋ, 100 ਵਾਰੀ ਕਰੋ। ਸੋ ਉਸ ਚੱਕਰ 'ਚ ਅਸੀਂ ਵੀ ਫਸ ਕੇ ਹੁਣ ਫਿਰ ਰਹਿ ਗਏ, ਜਦਕਿ ਗੁਰੂ ਸਾਹਿਬ ਕਹਿ ਰਹੇ ਨੇ, ਜਪਜੀ ਸਾਹਿਬ ਰੋਜ਼ ਅਸੀਂ ਉਹੀ ਬਾਣੀ ਨੂੰ ਪੜ੍ਹ ਰਹੇ ਹਾਂ ਪਰ ਸਮਝ ਨਹੀਂ ਰਹੇ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ। ਹਾਂਜੀ, ਦੇਖੋ ਉਹਦੇ ਲਈ ਸਾਨੂੰ ਜਿਹੜਾ ਹੈ ਉਹ ਗਿਆਨ ਰੂਪੀ ਖੁਰਾਕ ਪਹੁੰਚਾਉਣੀ ਪਵੇਗੀ। ਜਦੋਂ ਸਾਡਾ ਗੁਰੂ ਸਾਹਿਬ ਦੇ ਨਾਲ ਪਿਆਰ ਹੈ ਜੀ ਤਾਂ ਸਾਨੂੰ ਗੁਰੂ ਸਾਹਿਬ ਦੀਆਂ ਵਿਚਾਰਾਂ, ਉਸ ਵਿੱਚ ਕੀ ਕਿਹਾ ਜਾ ਰਿਹਾ, ਮੈਸੇਜ ਕੀ ਦਿੱਤਾ ਜਾ ਰਿਹਾ, ਉਸ ਨੂੰ ਸਮਝਣ ਦੀ ਲੋੜ ਹੈ। ਠੀਕ, ਇਹ ਮਾਰਗ ਕੀ ਗਿਣਤੀ ਮਿਣਤੀ ਦਾ ਮਾਰਗ ਹੈ? ਕੀ ਇਹ ਮਾਰਗ ਗਿਣਤੀ ਮਿਣਤੀ ਨੂੰ ਸਾਹਮਣੇ ਰੱਖ ਕੇ ਹੀ ਧਰਮ ਦਾ ਮਾਰਗ ਹੈ? ਅਗਲੀ ਪੰਕਤੀ ਵਿੱਚ ਨਦਰੀ ਪਾਈ ਹੈ ਬਖਸ਼ਿਸ਼ ਦਾ ਤਰੀਕਾ ਕੀ ਦੱਸਿਆ ਕਿ ਗਿਣਤੀ ਮਿਣਤੀ ਕਰਕੇ ਨਹੀਂ, ਏਤ ਰਾਹ ਪਤ ਪਵੜੀਆਂ ਚੜੀਆਂ ਹੋਏ 21 ਪਵੜੀਆਂ। ਪਵੜੀਆਂ ਕੀ ਹੈ?
ਜਿਹੜੀਆਂ ਪੌੜੀਆਂ ਨੇ ਸਟੇਅਰਸ ਨੇ ਇੱਕ ਇੱਕ ਸਟੈਪ ਕਰਕੇ ਉੱਪਰ ਜਾਇਆ ਜਾਂਦਾ ਹੈ। ਠੀਕ, ਜਿਉਂ ਸਟੈਪ ਲਿਆ ਥੋੜ੍ਹਾ ਉੱਪਰ ਆ ਗਿਆ, ਦੂਸਰਾ ਸਟੈਪ ਲਿਆ ਹੋਰ ਉੱਪਰ ਆ ਗਿਆ, ਤੀਸਰਾ ਸਟੈਪ ਲਿਆ ਹੋਰ ਉੱਪਰ ਆ ਗਿਆ। ਇਸੇ ਤਰ੍ਹਾਂ ਸਾਡੀ ਸੋਚ ਦਾ ਲੈਵਲ ਗੁਰਬਾਣੀ ਦੀਆਂ ਸਿੱਖਿਆਵਾਂ ਰਾਹੀਂ, ਇੱਥੇ ਮੈਂ ਗੱਲ ਹੋਰ ਐਡ ਕਰਾਂਗਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣਾ ਵੀ ਹੈ, ਜ਼ਿੰਦਗੀ 'ਚ ਵੀ ਜਿਉਣਾ, ਰਾਤੇ ਰਾਤ ਨਹੀਂ ਗੱਲ ਹੋਏਗੀ ਜੀ, ਅਭਿਆਸ ਕਰਨਾ ਪਵੇਗਾ। ਅਭਿਆਸ ਕਰਦਿਆਂ ਕਰਦਿਆਂ ਜਿਹੜਾ ਸਾਡਾ ਸੋਚਣ ਦਾ ਲੈਵਲ ਹੈ ਉਹ ਸਟੈਪ ਬਾਈ ਸਟੈਪ ਉੱਪਰ ਜਾਏਗਾ, ਉਹਦੇ 'ਚ ਐਕਸਪੀਰੀਅੰਸ ਵੀ ਆਏਗਾ ਗੁਰਮਤਿ ਜੀਵਨ ਵਾਲਾ ਜਿਉਣ ਦਾ, ਉਹਦੇ 'ਚ ਗੁਰਬਾਣੀ ਦਾ ਗਿਆਨ ਵੀ ਆਏਗਾ, ਉਹਦੇ 'ਚ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜ ਕੇ ਧਿਆਨ ਵੀ ਆਏਗਾ। ਰਾਈਟ, ਗਿਆਨ ਧਿਆਨ ਗੁਰਮਤਿ ਇਹ ਆ ਕੇ ਫਿਰ ਉਹ ਗੁਰਸਿੱਖੀ ਜੀਵਨ ਸ਼ੁਰੂ ਹੋਏਗਾ, ਸਟੈਪ ਬਾਈ ਸਟੈਪ ਅੱਗੇ ਜਾਣਾ ਹੋਏਗਾ ਜੀ। ਦੂਸਰੀ ਬਾਤ, ਜਦੋਂ ਕਿਸੇ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ, ਮਾਪੇ ਵੀ ਬੱਚਿਆਂ ਨੂੰ ਬਦਲਣਾ ਚਾਹੁੰਦੇ ਨੇ, ਸਮਾਜ ਅੰਦਰ ਵੀ ਬਹੁਤ ਕੁਛ ਬਦਲਣਾ ਦੀ ਲੋੜ ਹੈ ਜੀ, ਔਰ ਚਿੰਤਤ ਨੇ ਲੋਕ ਕਿ ਬਦਲਿਆ ਜਾਵੇ, ਤਾਂ ਉਹ ਚੀਜ਼ ਇੱਦਾਂ ਨਹੀਂ ਬਦਲੇਗੀ ਕਿ ਉੱਦਾਂ ਹੀ ਰਾਤੀ ਰਾਤੀ ਬਦਲ ਜਾਏਗੀ। ਜੇ ਅਸੀਂ ਕਹਿੰਦੇ ਹਾਂ ਵੀ ਚੰਗੇ ਪ੍ਰਬੰਧਕ ਚਾਹੀਦੇ ਨੇ ਜੀ, ਕਿਉਂ ਨਾ ਆਉਣ ਵਾਲੀ ਪੀੜ੍ਹੀ 'ਤੇ 20 ਸਾਲ ਮਿਹਨਤ ਕੀਤੀ ਜਾਵੇ, ਉਹਨਾਂ ਨੇ ਪ੍ਰਬੰਧਕ ਬਣਨਾ ਚੰਗੇ। ਸੱਚ ਇਹ ਹੈ ਜੇ ਸਟੈਪ ਬਾਈ ਸਟੈਪ ਪੌੜੀਆਂ ਦਾ ਇਹ ਕੰਸੈਪਟ ਅਸੀਂ ਸਮਝ ਲਈਏ ਤਾਂ ਸਾਡੇ ਕੋਲ ਬੱਚੇ ਵਾਸਤੇ ਉਹਨੂੰ ਗੁਰਮਤਿ ਸਿਖਾਉਣ ਵਾਸਤੇ ਲਿਟਰੇਚਰ ਉਹਦੀ ਸਾਈਕੀ ਦਾ ਹੋਣਾ ਚਾਹੀਦਾ, ਟੀਨ ਏਜ ਵਾਸਤੇ ਉਹਦੀ ਸਾਈਕੀ ਦਾ ਲਿਟਰੇਚਰ ਉਸ ਤੋਂ ਉੱਪਰਲੇ ਲੈਵਲ ਦਾ ਹੋਣਾ ਚਾਹੀਦਾ। ਫਿਰ ਸਾਡੇ ਕੋਲ ਜਿਹੜੇ ਸਕੂਲ ਦੇ ਬੱਚੇ ਨੇ, ਕਾਲਜ ਦੇ ਬੱਚੇ ਨੇ, ਉਹਨਾਂ ਵਾਸਤੇ ਸਾਡੇ ਕੋਲ ਹੋਰ ਉੱਪਰਲੇ ਲੈਵਲ ਦਾ ਹੋਣਾ ਚਾਹੀਦਾ, ਕਾਲਜ ਯੂਨੀਵਰਸਿਟੀ ਵਾਲਿਆਂ ਵਾਸਤੇ ਹੋਰ ਉੱਪਰ ਦਾ ਲੈਵਲ ਦਾ ਹੋਣਾ ਚਾਹੀਦਾ, ਪਰ ਉਸ ਲੈਵਲ ਤੱਕ ਪਹੁੰਚਾਉਣ ਵਾਸਤੇ ਥੱਲੜੇ ਲੈਵਲ ਤੋਂ ਸਟੈਪ ਬਾਈ ਸਟੈਪ ਸ਼ੁਰੂ ਕਰਨਾ ਪਏਗਾ। ਦੂਸਰੀ ਬਾਤ, ਜਦੋਂ ਆਪਾਂ ਕਿਸੇ ਗੈਦਰਿੰਗ ਦੇ ਵਿੱਚ ਧਰਮ ਦੀ ਗੱਲ ਦੱਸ ਰਹੇ ਹਾਂ ਤਾਂ ਉੱਥੇ ਕਈ ਵਾਰੀ ਅਲੱਗ ਅਲੱਗ ਲੈਵਲ ਦੇ ਬੰਦੇ ਬੈਠੇ ਨੇ, ਇੱਕ ਤਾਂ ਸੁਣਨਾ ਹੀ ਨਹੀਂ ਚਾਹੁੰਦਾ, ਇੱਕ ਬੰਦਾ ਜਿਹੜਾ ਪਿਆਰ ਵਿੱਚ ਭੇਜਿਆ ਹੋਇਆ ਉਹ ਸਟੈਪ ਬਾਈ ਸਟੈਪ ਵਾਲਾ ਸਿਸਟਮ ਜਿਹੜਾ ਹੈ ਕਾਫੀ ਪਾਸਿਆਂ 'ਤੇ ਕਮਜ਼ੋਰ ਜਾ ਰਿਹਾ ਜੀ। ਜ਼ਿੰਦਗੀ ਦੇ ਵਿੱਚ ਵੀ ਜਦੋਂ ਅੱਗੇ ਵਧਿਆ ਜਾਏਗਾ ਤਾਂ ਉਹ ਪੌੜੀਆਂ ਮੰਨ ਕੇ ਇਹਨੂੰ ਸਟੈਪ ਬਾਈ ਸਟੈਪ ਹੀ ਅੱਗੇ ਵਧਿਆ ਜਾਏਗਾ। ਠੀਕ, ਉਹਦੇ ਲਈ ਪਹਿਲਾਂ ਨੌਲੇਜ, ਫਿਰ ਅੰਡਰਸਟੈਂਡਿੰਗ, ਅੰਡਰਸਟੈਂਡਿੰਗ ਤੋਂ ਬਾਅਦ ਪ੍ਰੈਕਟਿਸ, ਰਾਈਟ, ਅਭਿਆਸ। ਅਸੀਂ ਚਾਹੇ ਉਹ ਪ੍ਰਚਾਰ ਕਹਿ ਲਓ, ਚਾਹੇ ਗੁਰਮਤਿ ਕਲਾਸ ਕਹਿ ਲਓ, ਚਾਹੇ ਉਹ ਕੈਂਪ ਕਹਿ ਲਓ, ਸਾਨੂੰ ਲੱਗਦਾ ਅਸੀਂ ਉੱਥੇ ਅਟੈਂਡ ਕੀਤਾ ਇਹ ਧਰਮ ਹੈ, ਉਹ ਤਾਂ ਉੱਥੇ ਸਿੱਖ ਰਹੇ ਹਾਂ, ਅਸੀਂ ਸਿੱਖ ਰਹੇ ਹਾਂ। ਹੁਣ ਜ਼ਿੰਦਗੀ ਜਿਉਂਦੇ ਹਾਂ, ਜ਼ਿੰਦਗੀ ਦੇ ਵਿੱਚ ਵਰਤੋਂ ਵਿਵਹਾਰ ਕਰਦੇ ਹਾਂ, ਘਰ ਦੇ ਕਾਰੋਬਾਰ ਕਰਦੇ ਹਾਂ, ਅਸੀਂ ਉਸ ਧਰਮ ਨੂੰ ਅਡੈਪਟ ਕਰਨਾ ਆਪਣੀ ਲਾਈਫ ਦੇ ਵਿੱਚ, ਪ੍ਰੈਕਟੀਕਲ ਅਪਲਾਈ ਕਰਨਾ। ਅਪਲਾਈ ਕਰਨ ਦੇ ਵਿੱਚ ਜਿਹੜੀ ਘਾਟ ਆ ਰਹੀ ਹੈ ਉਹਨੂੰ ਆਪਣੇ ਆਪ ਨੂੰ ਮਨ ਨੂੰ ਮੈਨੇਜ ਕਰਕੇ ਹੋਰ ਥੋੜ੍ਹਾ ਅੱਗੇ ਵਧੀਏ ਜੀ, ਹੋਰ ਥੋੜ੍ਹਾ ਅੱਗੇ ਵਧੀਏ। ਇੱਕ ਵਿਅਕਤੀ ਹੈ ਜਿਹੜੇ ਗੁਰੂ ਘਰ ਹੀ ਨਹੀਂ ਜਾ ਰਹੇ, ਉਹ ਗੁਰੂ ਘਰ ਜਾਣ, ਪਰ ਉੱਥੋਂ ਉਹਨਾਂ ਨੂੰ ਐਸੀ ਮੋਟੀਵੇਸ਼ਨਲ ਵੇਵ ਮਿਲੇ ਵੀ ਤੁਸੀਂ ਆਏ ਤਾਂ ਹੋ, ਹੁਣ ਆਪ ਪਾਠ ਕਰੋ। ਬਿਲਕੁਲ ਠੀਕ ਹੈ ਜੀ, ਪਾਠ ਕਰਨ ਲੱਗੇ ਨੇ, ਫਿਰ ਉਹਨਾਂ ਨੂੰ ਮੋਟੀਵੇਸ਼ਨਲ ਵੇਵ ਮਿਲੇ, ਹੁਣ ਪਾਠ ਕਰਨ ਲੱਗੇ ਹੋ, ਹੁਣ ਸਮਝ ਵੀ ਆ ਜਾਵੇ, ਤਾਂ ਕਿ ਰੁੱਕ ਨਾ ਜਾਣ ਕਿਤੇ, ਰਾਈਟ, ਨਹੀਂ ਤਾਂ ਬੰਦਾ ਜਿੱਥੇ ਆ ਗਿਆ ਉੱਥੇ ਰੁੱਕ ਗਿਆ, ਰੁੱਕ ਗਿਆ ਤਾਂ ਲੈਕ ਆਫ ਨੌਲੇਜ ਆਈ, ਲੈਕ ਆਫ ਨੌਲੇਜ ਦੇ ਵਿੱਚ ਉਹ ਧਰਮ ਦੇ ਕਰਮ ਕਰਦਾ ਰਿਹਾ, ਨਾ ਉਹਦੇ ਸੁਭਾਅ ਵਿੱਚ ਬਦਲਾਵ ਆਇਆ, ਨਾ ਘਰ ਵਿੱਚ ਬਦਲਾਵ ਆਇਆ। ਰਾਈਟ, ਜ਼ਿੰਦਗੀ ਨੂੰ ਸਟੈਪ ਬਾਈ ਸਟੈਪ ਆਪਣੇ ਅੰਦਰ ਇੰਪਰੂਵਮੈਂਟ ਲਿਆਉਣੀ ਪਵੇਗੀ। ਜਦੋਂ ਅਸੀਂ ਸਮਾਜ ਦੇ ਲਈ, ਕੌਮ ਦੇ ਲਈ ਕੁਛ ਕਰਦੇ ਹਾਂ ਤਾਂ ਉਹ ਵੀ ਸਟੈਪ ਬਾਈ ਸਟੈਪ ਤੁਹਾਡੇ ਅੰਦਰ ਬਦਲਾਵ ਆਉਣਾ ਚਾਹੀਦਾ, ਨਵੀਨਤਾ ਆਉਣੀ ਚਾਹੀਦੀ ਹੈ। ਅੱਜ ਦੇ ਯੁੱਗ ਵਿੱਚ ਵੀਰ ਜੀ, ਅੱਜ ਤੋਂ 50 ਸਾਲ ਪਹਿਲਾਂ ਦੇ ਜਿਹੜੇ ਤਰੀਕੇ ਨੇ ਉਹਨਾਂ ਤਰੀਕਿਆਂ ਨਾਲ ਤੁਸੀਂ ਬੱਚਿਆਂ ਨੂੰ ਨਹੀਂ ਜੋੜ ਸਕਦੇ। ਡਿਸਕਸ ਕਰਨੀ, ਡਿਬੇਟ ਕਰਨੀ ਬੜੀ ਸੌਖੀ ਹੈ, ਆਪਣੇ ਘਰਾਂ ਦੇ ਵਿੱਚ ਕਿੰਨੇ ਕੁ ਅਸੀਂ ਕਾਮਯਾਬ ਹੋ ਰਹੇ ਹਾਂ, ਕਿੰਨੇ ਕੁ ਫੇਲ ਹੋ ਰਹੇ ਹਾਂ, ਉਸ ਦੇ ਲਈ ਹਰ ਚੀਜ਼ ਨੂੰ ਸਟੈਪ ਬਾਈ ਸਟੈਪ ਉੱਪਰ ਲਿਜਾਣਾ। ਇਹ ਤਰਾਹ ਪਤ ਪੌੜੀਆਂ ਚੜੀਆ ਹੋਏ 21 ਗੁਰੂ ਸਾਹਿਬ ਨਾਲ ਇੱਕਮਿਕ ਹੋ ਕੇ, ਉਹਦੇ ਪਿਆਰ ਦੇ ਵਿੱਚ, ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਇੱਕਮਿਕ ਹੋ ਕੇ ਆਪਣੇ ਅੰਦਰੋਂ ਇੰਪਰੂਵਮੈਂਟ ਸਟੈਪ ਬਾਈ ਸਟੈਪ ਅੱਗੇ ਲਿਆਉਣੀ। ਜਿਉਂ ਜਿਉਂ ਅੱਗੇ ਵੱਧਦਾ ਜਾਏਗਾ, ਫਿਰ ਜ਼ਿੰਦਗੀ ਦੀਆਂ ਐਕਟੀਵਿਟੀਜ਼ ਦੇ ਵਿੱਚ ਜਿਉਂ ਜਿਉਂ ਅੱਗੇ ਵੱਧਦਾ ਜਾਏਗਾ ਤਾਂ ਫਿਰ ਉਹ ਬਖਸ਼ਿਸ਼ ਵਾਲੇ ਪਾਸੇ ਨੂੰ ਤੁਰੇਗਾ। ਨਹੀਂ ਤਾਂ ਸੁਣ ਗੱਲਾਂ ਆਕਾਸ਼ ਕੀ,
ਆਕਾਸ਼ ਵਿੱਚ ਉੱਡਣ ਵਾਲਿਆਂ ਦੀ ਰੀਸ ਕਰਕੇ ਕੀੜਿਆਂ ਨੂੰ ਰੀਸ ਆ ਗਈ, ਸਾਡੇ ਵੀ ਖੰਭ ਲੱਗ ਜਾਣ, ਪਰ ਕਹਿੰਦੇ ਜਦੋਂ ਕੀੜੇ ਦੇ ਖੰਭ ਲੱਗਦੇ ਨੇ ਉਹ ਡਿੱਗ ਪੈਂਦਾ। ਇਸੇ ਤਰ੍ਹਾਂ ਅਸੀਂ ਦੂਸਰਿਆਂ ਨੂੰ ਦੇਖ ਕੇ ਧਰਮ ਨਿਭਾਉਣਾ ਸ਼ੁਰੂ ਕੀਤਾ, ਉਹ ਵੀ ਕਰਮ ਕਾਂਡ ਵਿੱਚ ਫਸਿਆ ਹੋਇਆ ਸੀ, ਅਸੀਂ ਵੀ ਕਰਮ ਕਾਂਡ ਵਿੱਚ ਫਸ ਗਏ ਜੀ। ਕਿਸੇ ਨੂੰ ਦੇਖ ਕੇ ਰੀਸ ਜਾਗੀ ਹੈ, ਪਰ ਕੀ ਪਤਾ ਉਹਦੇ ਪਿੱਛੇ ਉਹਦੀ ਜ਼ਿੰਦਗੀ ਦਾ ਅਭਿਆਸ ਕਿੰਨਾ, ਉਹਦੀ ਜ਼ਿੰਦਗੀ ਦੇ ਉਸ ਅਭਿਆਸ ਵਿੱਚ ਸਟੈਪ ਬਾਈ ਸਟੈਪ ਇੰਪਰੂਵਮੈਂਟ ਹੈ। ਧਰਮ ਦੀ ਦੁਨੀਆ ਵਿੱਚ, ਗੁਰਮੁਖ ਸੁਭਾਅ ਦੀ ਦੁਨੀਆ ਵਿੱਚ ਵੀ ਸਟੈਪ ਬਾਈ ਸਟੈਪ। ਅਸੀਂ ਕਹਿੰਦੇ ਜੀ ਸਿੱਖੀ ਦਾ ਜੀਵਨ ਤੇ ਜਿਉਣਾ ਬਹੁਤ ਔਖਾ ਹੈ, ਧਰਮ ਦੀ ਦੁਨੀਆ ਦਾ ਆਹ ਕੁਛ ਬਹੁਤ ਔਖਾ ਹੈ, ਨਹੀਂ, ਜ਼ਿੰਦਗੀ 'ਚ ਜੋ ਤੁਹਾਡੀ ਪ੍ਰੈਕਟਿਸ ਵਿੱਚ ਆ ਗਿਆ ਉਹ ਸੌਖਾ ਹੈ, ਜੋ ਪ੍ਰੈਕਟਿਸ 'ਚ ਨਹੀਂ ਆਇਆ ਉਹ ਔਖਾ ਹੈ। ਪ੍ਰੈਕਟਿਸ ਤੋਂ ਬਾਅਦ ਉਹ ਰੂਟੀਨ ਬਣ ਗਿਆ ਬਹੁਤ ਈਜ਼ੀ ਲੱਗੇਗਾ, ਨਹੀਂ ਰੂਟੀਨ ਬਣਿਆ ਤਾਂ ਔਖਾ ਲੱਗੇਗਾ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸਿਸਟਮ ਬਣਾ ਦਿੱਤਾ, ਉਹਦੀ ਬਖਸ਼ਿਸ਼ ਲੈਣੀ ਹੈ ਸਟੈਪ ਬਾਈ ਸਟੈਪ। ਮੈਂ ਤਾਂ ਕਹਾਂਗਾ ਜਦੋਂ ਵੀ ਕੋਈ ਗੁਰੂ ਘਰ ਜਾਂਦਾ ਹੈ ਜਾਂ ਗੁਰਬਾਣੀ ਪੜ੍ਹਦਾ ਹੈ, ਅੱਜ ਇੱਕ ਚੀਜ਼ ਪੱਲੇ ਬੰਨ ਲਏ ਕਿ ਅੱਜ ਤੋਂ ਬਾਅਦ ਮੈਂ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਮਿੱਠਾ ਬੋਲਣ ਦੀ, ਅੱਜ ਤੋਂ ਬਾਅਦ ਮੈਂ ਕੋਸ਼ਿਸ਼ ਕਰਨੀ ਹੈ ਨਿਮਰਤਾ ਵਿੱਚ ਜਿਉਣ ਦੀ। ਹਰ ਦਿਨ, ਹਰ ਹਫ਼ਤੇ, ਮੈਂ ਤਾਂ ਕਹਾਂਗਾ ਹਫ਼ਤੇ 'ਚ ਇੱਕ ਦਿਨ ਕੋਈ ਇੱਕ ਚੀਜ਼ ਪੱਲੇ ਬੰਨ ਕੇ ਆ ਜਾਓ ਸਟੈਪ ਬਾਈ ਸਟੈਪ। ਅੱਜ ਤੱਕ ਮੈਂ ਆਪਣੇ ਬੱਚਿਆਂ ਲਈ ਬਹੁਤ ਕੁਛ ਕੀਤਾ ਸੀ, ਕੋਈ ਇੱਕ ਕੰਮ ਮੈਂ ਸਾਰਿਆਂ ਦੇ ਬੱਚਿਆਂ ਲਈ ਕੁਛ ਕਰਾਂਗਾ, ਉਹਦੇ ਲਈ ਐਜ ਏ ਵਲੰਟੀਅਰ ਕਰ ਲਓ। ਬਿਲਕੁਲ, ਬੜਾ ਕੁਛ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਭੇਰਾ ਖੋਲ ਦੇਣਗੇ ਸਟੈਪ ਬਾਈ ਸਟੈਪ। ਅੱਗੇ ਵਧਣ ਦੇ ਨਾਲ ਫਿਰ ਕੀ ਹੁੰਦਾ ਹੈ, ਨਾਨਕ ਨਦਰੀ ਪਾਈ ਹੈ, ਵਾਹਿਗੁਰੂ ਜੀ ਦੀ ਨਜ਼ਰ ਪੈਂਦੀ ਹੈ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਜੇ ਉਹ ਸਟੈਪ ਬਾਈ ਸਟੈਪ ਨਾ ਉਹਨੇ ਸੁਧਾਰ ਲਿਆਂਦਾ ਆਪਣੇ ਅੰਦਰ, ਨਾ ਇੰਪਰੂਵਮੈਂਟ ਲਿਆਂਦੀ, ਤਾਂ ਕੂੜੀ ਕੂੜਾ ਠੀਸ, ਉਹ ਐਵੇਂ ਇੱਕ ਠੀਸ ਵਧਾ ਚੜਾ ਕੇ ਕਹੀ ਹੋਈ ਗੱਲ ਜਿਵੇਂ ਗੱਪ ਮਾਰਤੀ, ਉਹ ਕਹਿ ਦਿੱਤਾ ਵੀ ਧਰਮੀ ਹੈ, ਐਕਚੁਅਲੀ ਧਰਮੀ ਨਹੀਂ ਸੀ ਜੀ। ਹੁਣ ਜਦੋਂ ਕਿਤੇ ਫੇਕ ਬਾਬਿਆਂ ਦੇ ਪਾਜ ਖੁੱਲ੍ਹਦੇ ਨੇ ਤਾਂ ਉਹ ਮੰਨਦੇ ਸੀ ਕਿ ਧਰਮੀ ਹੈ, ਐਕਚੁਅਲੀ ਸਟੈਪ ਬਾਈ ਸਟੈਪ ਨਹੀਂ, ਇੱਕ ਪਰਦਾ ਜਿਹਾ ਬਣਾ ਕੇ ਦੁਨੀਆ ਦੇ ਸਾਹਮਣੇ ਇੱਕ ਪ੍ਰਭਾਵ ਜਿਹਾ ਬਣਾ ਕੇ ਪੇਸ਼ ਕੀਤਾ ਸੀ, ਠੀਕ ਹੈ, ਅਤੇ ਪਤਾ ਲੱਗਿਆ ਅੰਦਰ ਕੁਛ ਵੀ ਨਹੀਂ। ਰਾਈਟ। ਇਸੇ ਤਰ੍ਹਾਂ ਜੇ ਇੱਕ ਸਿੱਖ ਦਾ ਪ੍ਰਭਾਵ ਪਏਗਾ, ਜੇ ਅਸੀਂ ਚਾਹੁੰਦੇ ਹਾਂ ਕਿ ਸਿੱਖ, ਦੇਖੋ ਆਪਣੇ ਇੱਥੇ ਦੇਸ਼ ਵਿੱਚ ਗੁਰਸਿੱਖ ਹਰ ਕੰਮ ਕਰ ਰਹੇ ਨੇ, ਘਰਾਂ ਦੀ ਫਰੇਮਿੰਗ ਦਾ ਉਹ ਕਰ ਰਹੇ ਨੇ, ਇਲੈਕਟ੍ਰੀਸ਼ਨ ਦਾ ਉਹ ਕਰ ਰਹੇ ਨੇ, ਪਲੰਬਰ ਦਾ ਉਹ ਕਰ ਰਹੇ ਨੇ, ਸਾਰੇ ਖੇਤਰਾਂ 'ਚ ਉਹ ਜਾ ਰਹੇ ਨੇ। ਅਗਰ ਉਹਨਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਅੰਦਰ ਸਿੱਖੀ ਜਜ਼ਬਾ ਹੈ, ਅੰਦਰ ਉਹਨਾਂ ਦੇ ਅੰਦਰ ਗੁਰਮੁਖ ਸੁਭਾਅ ਹੈ, ਤਾਂ ਉਹ ਜਿੱਥੇ ਵੀ ਜਾਣ ਉਹਦਾ ਪ੍ਰਭਾਵ ਪਵੇ। ਰਾਈਟ। ਉਹ ਪ੍ਰਭਾਵ ਤਾਂ ਪਵੇਗਾ ਜੇ ਉਹ ਕੇਵਲ ਕੂੜੀ ਠੀਸ 'ਤੇ ਨਹੀਂ ਖੜ੍ਹੇ, ਅੰਦਰੋਂ ਸਟੈਪ ਬਾਈ ਸਟੈਪ ਆਪਣੇ ਆਪ ਨੂੰ ਸੁਧਾਰ ਕੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੋ ਹਮੇਸ਼ਾ ਜੋ ਮਰਜ਼ੀ ਜਿਸ ਵੀ ਕਿੱਤੇ ਵਿੱਚ ਹਾਂ, ਅਸੀਂ ਉਸ ਰੱਬ ਦੀ ਪ੍ਰਾਪਤੀ ਕਰ ਸਕਦੇ ਹਾਂ, ਪਰ ਉਸ ਵਾਸਤੇ ਉੱਦਮ ਕਰਨਾ ਪਏਗਾ ਸਹਿਜੇ ਸਹਿਜੇ, ਜੇਕਰ ਅਸੀਂ ਇਹ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਿਆਉਂਦੇ ਰਹਾਂਗੇ ਤਾਂ ਪਰਿਵਰਤਨ ਸਾਡੇ ਹੌਲੇ ਹੌਲੇ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤੁਹਾਡਾ ਬਹੁਤ ਧੰਨਵਾਦ, ਪ੍ਰੋਗਰਾਮ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ, ਕਿਉਂਕਿ ਸਮਾਂ ਅੱਗੇ ਨਹੀਂ ਦੇ ਰਿਹਾ, ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7555 ਜਾਂ ਫਿਰ ਈਮੇਲ ਜ਼ਰੀਏ harpreetsingshow@gmail.com। ਸਿੱਖ ਕਮਿਊਨਿਟੀ .net ਭਾਈਸਾ ਵੱਲੋਂ ਵੈਬਸਾਈਟ ਚਲਾਈ ਜਾਂਦੀ ਹੈ ਜਿੱਥੇ ਕਿ ਇਹ ਸਾਰੇ ਐਪੀਸੋਡਸ ਤੁਸੀਂ ਦੇਖ ਸਕਦੇ ਹੋ ਅਤੇ ਹੋਰ ਵੀ ਗੁਰਮਤ ਨਾਲ ਰਿਲੇਟਡ ਕਾਫੀ ਲਿਟਰੇਚਰ ਤੁਹਾਨੂੰ ਮਿਲੇਗਾ। ਧੰਨਵਾਦ ਹੀ ਆ ਤੁਹਾਡੇ ਕਿ ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਨੂੰ ਦੇਖਦੇ ਹੋ ਅਤੇ ਪਸੰਦ ਕਰਦੇ ਹੋ, ਅਤੇ ਖਾਸ ਤੌਰ 'ਤੇ ਸਾਡੇ ਐਡਵਰਟਾਈਜ਼ਰ ਅਤੇ ਸਪੋਂਸਰਸ, ਉਹਨਾਂ ਦੇ ਧੰਨਵਾਦ ਹੀ ਆ ਕਿ ਉਹਨਾਂ ਦੀ ਬਦੌਲਤ ਦੇ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚ ਰਹੇ ਨੇ। ਕੰਟੀਨਿਊਸ ਸਪੋਰਟ ਵਾਸਤੇ, ਕਿਉਂਕਿ ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀਵੀ ਤੋਂ, ਉਸ ਤੋਂ ਬਾਅਦ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ। ਸੋ ਜਿਹੜੇ ਐਡਵਰਟਾਈਜ਼ਰਸ ਨੇ ਉਹਨਾਂ ਨੂੰ ਸਪੋਰਟ ਕਰੋ, ਅਤੇ ਜੇਕਰ ਤੁਸੀਂ ਵੀ ਕੋਈ ਬਿਜ਼ਨਸ ਕਰਦੇ ਹੋ ਜਾਂ ਸਪੋਂਸਰ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਨੂੰ, ਤਾਂ ਜ਼ਰੂਰ ਸੰਪਰਕ ਕਰੋ। ਇੱਥੇ ਹੀ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।